ਸਮੇਂ ਕਾਂਗਰਸ ਹੈੱਡਕੁਆਟਰ ਦੇ ਬਾਹਰ ਖੂਬ ਜਸ਼ਨ ਦਾ ਮਾਹੌਲ ਨਜ਼ਰ ਆ ਰਿਹਾ। ਉੱਥੇ ਲੱਡੂ ਵੰਡਣੇ ਸ਼ੁਰੂ ਹੋ ਚੁੱਕੇ ਨੇ। ਜਦੋਂ ਉੱਥੇ ਦੇ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਹੈ ਕਾਂਗਰਸ ਦੀ, ਤਾਂ ਜ਼ਿਕਰ ਕਰਦੇ ਨਜ਼ਰ ਆਏ ਕਿ ਇਹ ਤਾਂ ਸਿਰਫ ਹੁਣ ਔਪਚਾਰਿਕਤਾ ਹੈ, ਮਤਲਬ ਕਿ ਅਨਾਊਂਸਮੈਂਟ ਹੋਣੀ ਬਾਕੀ ਹੈ। ਇਹ ਤਾਂ ਕਲੀਅਰ ਹੋ ਗਿਆ ਕਿ ਹਰਿਆਣਾ ਦੇ ਵਿੱਚ ਅਤੇ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਬਣਾਏਗੀ ਕਾਂਗਰਸ। ਔਰ ਫਿਲਹਾਲ ਦੀ ਸਥਿਤੀ ਰੁਝਾਨਾਂ ਦੇ ਵਿੱਚ ਵੀ ਸਾਫ਼ ਤੌਰ 'ਤੇ ਨਜ਼ਰ ਆ ਰਹੀ ਹੈ ਕਿ ਦੋਵੇਂ ਸੀਟਾਂ ਦੇ ਉੱਤੇ ਫਿਲਹਾਲ ਦੋਵੇਂ ਸੂਬਿਆਂ ਦੇ ਵਿੱਚ ਕਾਂਗਰਸ ਲੀਡ ਪੋਜੀਸ਼ਨ ਦੇ ਵਿੱਚ ਹੈਗੀ ਹੈ, ਉਹ ਚਾਹੇ ਹਰਿਆਣਾ ਹੋਵੇ ਚਾਹੇ ਜੰਮੂ ਕਸ਼ਮੀਰ ਹੋਵੇ। ਔਰ ਮੈਂ ਇੱਕ ਵਾਰੀ ਫਟਾਫਟ ਦੋਵੇਂ ਜਿਹੜੇ ਸੂਬੇ ਨੇ ਉਹਨਾਂ ਦੇ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਦਿਖਾਵਾਂਗਾ। ਪਹਿਲਾਂ ਆ ਰਿਹਾ ਹਰਿਆਣਾ, ਹਰਿਆਣਾ ਦਾ ਜੇਕਰ ਇੱਕ ਵਾਰੀ ਗ੍ਰਾਫਿਕ ਦਿਖਾ ਸਕੀਏ, ਹਰਿਆਣਾ ਹਰਿਆਣਾ ਤੋਂ ਬੈਕ ਟੂ ਬੈਕ ਅਸੀਂ ਜ਼ਿਕਰ ਕਰਾਂਗੇ ਜੰਮੂ ਕਸ਼ਮੀਰ ਦਾ। ਹਰਿਆਣਾ ਦਾ ਗ੍ਰਾਫਿਕ ਆ ਗਿਆ 55 ਸੀਟਾਂ, ਇੱਥੇ 46 ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਨੂੰ। 55 ਸੀਟਾਂ ਦੇ ਉੱਤੇ ਇਸ ਸਮੇਂ ਕਾਂਗਰਸ ਲੀਡ ਕਰ ਰਹੀ ਹੈ, ਜਦਕਿ 25 ਸੀਟਾਂ ਦੇ ਉੱਤੇ ਬੀਜੇਪੀ ਹੈ ਔਰ ਬਾਕੀ ਕੋਈ ਰੇਸ ਦੇ ਵਿੱਚ ਫਿਲਹਾਲ ਨਜ਼ਰ ਨਹੀਂ ਆ ਰਹੇ। ਜੇਜੇਪੀ 0 ਹੈ, INLD 3 ਹੈ, ਅਦਰਸ ਦੇ ਖਾਤੇ ਦੇ ਵਿੱਚ 7 ਹੈ। ਅਦਰਸ ਦੀ ਭੂਮਿਕਾ ਇਸ ਕਰਕੇ ਵੀ ਜ਼ਿਆਦਾ ਇੰਪੋਰਟੈਂਟ ਨਹੀਂ ਰਹੇਗੀ ਜੇਕਰ ਕਾਂਗਰਸ ਦੇ ਖਾਤੇ ਦੇ ਵਿੱਚ 46 ਸੀਟਾਂ ਤੋਂ ਜ਼ਿਆਦਾ ਹੋਈਆਂ। ਜੇਕਰ ਇਹ ਅੰਕੜਾ 40 ਦੇ ਆਸ ਪਾਸ ਰਿਹਾ, ਕਿਸੇ ਵੀ ਪਾਰਟੀ ਦਾ ਹੰਗ ਅਸੈਂਬਲੀ ਹੁੰਦੀ ਹੈ, ਫਿਰ ਅਦਰਸ ਵਾਲੀਆਂ ਜਿਹੜੀਆਂ ਸੀਟਾਂ ਨੇ ਉਹ ਬਹੁਤ ਇੰਪੋਰਟੈਂਟ ਹੋ ਜਾਂਦੀਆਂ। ਉਹਨਾਂ ਦੇ ਕੋਲ ਬਹੁਤ ਅਹਿਮ ਡਿਪਾਰਟਮੈਂਟ ਚਲੇ ਜਾਂਦੇ ਨੇ, ਯਾਨੀ ਕਿ ਜਿਹੜੇ ਅਦਰਸ ਹੁੰਦੇ ਨੇ ਫਿਰ ਉਹ ਉਸ ਪੋਜੀਸ਼ਨ ਦੇ ਵਿੱਚ ਆਉਂਦੇ ਨੇ ਜਿੱਥੇ ਉਹ ਨੈਗੋਸ਼ੀਏਟ ਕਰਦੇ ਨੇ ਜਾਂ ਫਿਰ ਸਰਕਾਰ ਬਣਾਉਂਦੇ ਨੇ, ਜਾਂ ਮੈਂ ਕਹਾਂ ਕਿ ਸਿੱਧਾ ਮੰਤਰਾਲੇ ਲੈਂਦੇ ਨੇ। ਪਰ ਜੇਕਰ ਇਹ ਸਥਿਤੀ ਰਹਿੰਦੀ ਹੈ ਤਾਂ ਫਿਰ ਅਦਰਸ ਦੀ ਜ਼ਿਆਦਾ ਇੰਪੋਰਟੈਂਸ ਨਹੀਂ ਹੋਏਗੀ। ਜਿੱਥੇ ਬੇਸ਼ੱਕ ਨੇ ਵਿਧਾਇਕ ਆਪਣੇ ਇਲਾਕੇ ਦੇ ਹੋਣਗੇ, ਪਰ ਕਾਂਗਰਸ ਤੋਂ ਉਸ ਦੇ ਨਾਲ ਜ਼ਿਆਦਾ ਕੋਈ ਇਫੈਕਟ ਨਹੀਂ ਹੋਏਗਾ। ਤਾਂ ਇਹ ਸਥਿਤੀ ਹੈ ਹਰਿਆਣਾ ਦੀ। ਮੈਂ ਹਰਿਆਣਾ ਦੇ ਇੱਕ ਇੱਕ ਹਲਕੇ ਦਾ ਜ਼ਿਕਰ ਕਰਾਂਗਾ, ਉਸ ਤੋਂ ਪਹਿਲਾਂ ਜੰਮੂ ਕਸ਼ਮੀਰ ਦਾ ਰੁਖ ਕਰ ਲਈਏ। ਜੰਮੂ ਕਸ਼ਮੀਰ ਦਾ ਗ੍ਰਾਫਿਕ ਜੇਕਰ ਆ ਸਕੇ, ਉੱਥੇ ਦੀ ਪਿਕਚਰ ਵੀ ਬਹੁਤ ਦਿਲਚਸਪ ਹੈ ਔਰ ਉੱਥੇ ਵੀ ਜੋ ਕਿਹਾ ਜਾ ਰਿਹਾ ਸੀ, ਐਗਜ਼ਿਟ ਪੋਲ ਕਹਿ ਰਹੇ ਸੀ ਕਿ ਹੰਗ ਅਸੈਂਬਲੀ ਹੋਏਗੀ, ਔਰ ਫਿਲਹਾਲ ਤਾਂ ਹੁੰਦਾ ਰੁਝਾਨਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਰੁਝਾਨਾਂ ਦੇ ਵਿੱਚ ਕਾਂਗਰਸ ਦੇ ਕੋਲ 47 ਸੀਟਾਂ ਆ ਗਈਆਂ ਨੇ, 46 ਸੀਟਾਂ ਦੇ ਨਾਲ ਸਰਕਾਰ ਬਣ ਜਾਏਗੀ। ਬੀਜੇਪੀ ਦੇ ਖਾਤੇ ਦੇ ਵਿੱਚ 27 ਸੀਟਾਂ ਨੇ, PDP 5 ਹੈ, ਅਦਰਸ 11 ਨੇ। ਜੇਕਰ ਕਾਂਗਰਸ ਅਤੇ NCD ਦੀ ਸੇਮ ਪੋਜੀਸ਼ਨ ਰਹਿੰਦੀ ਹੈ ਤਾਂ PDP ਅਤੇ ਅਦਰਸ ਦੀਆਂ ਸੀਟਾਂ ਦੀ ਕੋਈ ਜ਼ਿਆਦਾ ਇੰਪੋਰਟੈਂਸ ਨਹੀਂ ਰਹੇਗੀ। ਹਾਂ, ਹੋ ਸਕਦਾ ਕਿ PDP ਜਾ ਕੇ ਕਾਂਗਰਸ ਦੇ ਨਾਲ ਅਲਾਇੰਸ ਦੇ ਵਿੱਚ ਉਹਨਾਂ ਨੂੰ ਸਪੋਰਟ ਕਰ ਦੇਵੇ ਜਾਂ ਬਾਹਰੋਂ ਸਪੋਰਟ ਕਰ ਦੇਵੇ, ਪਰ ਜ਼ਿਆਦਾ ਉਸਦਾ ਕੋਈ ਲੌਜਿਕ ਰਹੇਗਾ ਨਹੀਂ ਜੇਕਰ ਸੇਮ ਸਥਿਤੀ ਰਹਿੰਦੀ ਹੈ, ਕਿਉਂਕਿ 45 ਤੋਂ ਜ਼ਿਆਦਾ ਨੰਬਰ ਹੋਣਗੇ ਤਾਂ ਫਿਰ ਪੋਲੀਟੀਕਲ ਪਾਰਟੀਆਂ ਨੂੰ ਕੋਈ ਜ਼ਿਆਦਾ ਚਿੰਤਾ ਵਾਲੀ ਗੱਲ ਨਹੀਂ ਹੁੰਦੀ। ਅੱਛਾ, ਇੰਪੋਰਟੈਂਟ ਇਹ ਜ਼ਰੂਰ ਹੈ ਕਿ ਜੇ 47 ਸੀਟਾਂ ਦੇ ਵਿੱਚ, ਕਿਉਂਕਿ ਕਾਂਗਰਸ ਦੇ ਕੋਲ ਇਕੱਲੇ ਆਪਣੇ ਦਮ ਦੇ ਉੱਤੇ ਇੰਨੀਆਂ ਸੀਟਾਂ ਨਹੀਂ ਹੋਣਗੀਆਂ, ਤਾਂ ਇੱਥੇ ਜਿਹੜੀਆਂ 47 ਸੀਟਾਂ ਨੇ ਉਸਦੇ ਵਿੱਚ ਮੈਂ ਇੱਕ ਵਾਰ ਤੁਹਾਨੂੰ ਦਿਖਾਉਣਾ ਕਿ ਜੰਮੂ ਕਸ਼ਮੀਰ ਦੇ ਵਿੱਚ ਕਾਂਗਰਸ ਦੇ ਕੋਲ ਅਤੇ NCD ਦੇ ਕੋਲ 48 ਸੀਟਾਂ, ਇਨਫੈਕਟ 48 ਹੋ ਚੁੱਕੀਆਂ ਨੇ, ਔਰ BJP ਦੇ ਕੋਲ 26 ਸੀਟਾਂ ਨੇ। ਔਰ ਮੈਂ ਇਹੀ ਜ਼ਿਕਰ ਕਰ ਰਿਹਾ ਸੀ ਕਿ ਜੇਕਰ ਇਹ ਸਥਿਤੀ ਸੇਮ ਰਹਿੰਦੀ ਹੈ ਤਾਂ ਫਿਰ ਅਲੱਗ ਹੋਏਗਾ। ਹਾਂ, ਹੁਣ ਨੰਬਰ ਆਇਆ 22 ਸੀਟਾਂ ਦੇ ਉੱਤੇ ਇਸ ਸਮੇਂ NCD ਅੱਗੇ ਚੱਲ ਰਹੀ ਹੈ, ਲੀਡ ਕਰ ਰਹੀ ਹੈ। ਬੇਸਿਕਲੀ ਇਹ ਹੈ ਕਿ NCD ਔਰ ਕਾਂਗਰਸ ਬਰਾਬਰ ਦੀਆਂ ਪਾਰਟੀਆਂ ਜੰਮੂ ਕਸ਼ਮੀਰ ਦੇ ਵਿੱਚ ਹੋਣਗੀਆਂ, ਔਰ ਇਹ ਵੀ ਕਲੀਅਰ ਹੈ ਕਿ ਦੋਵਾਂ ਦੀ ਸਰਕਾਰ ਇੱਕ ਦੂਜੇ ਤੋਂ ਬਿਨਾਂ ਨਹੀਂ ਬਣ ਸਕੇਗੀ। ਇਹ ਸਥਿਤੀ ਇਸ ਸਮੇਂ ਦੀ ਬਣਦੀ ਨਜ਼ਰ ਆ ਰਹੀ ਹੈ। ਔਰ ਜਿਹੜਾ ਤੁਹਾਨੂੰ ਇਹ ਨਜ਼ਰ ਆ ਰਿਹਾ ਹੋਏਗਾ, ਜਿਹੜਾ ਰੈੱਡ ਥੋੜ੍ਹਾ ਜਿਹਾ ਭਗਵਾ ਕਲਰ ਨਜ਼ਰ ਆ ਰਿਹਾ, ਇਹ ਸਾਰੀਆਂ BJP ਦੀਆਂ ਸੀਟਾਂ ਨੇ, ਜੰਮੂ ਔਰ ਕਸ਼ਮੀਰ ਦਾ ਮੈਂ ਜ਼ਿਕਰ ਕਰ ਰਿਹਾ। ਔਰ ਦੂਜੇ ਪਾਸੇ ਜੇਕਰ ਅਸੀਂ ਹਰਿਆਣਾ ਦਾ ਇੱਕ ਵਾਰ ਫਿਰ ਤੋਂ ਰੁਕ ਕਰ ਲਈਏ, ਤਾਂ ਹਰਿਆਣਾ ਦੀ ਸਥਿਤੀ ਤਾਂ ਬਹੁਤ ਦਿਲਚਸਪ ਹੈ। ਮੈਂ ਉਸਦੇ ਉੱਤੇ ਜ਼ਿਆਦਾ ਫੋਕਸ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਹਰਿਆਣਾ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ। ਜਿੱਥੇ ਤੁਹਾਨੂੰ ਨੀਲਾ ਰੰਗ ਨਜ਼ਰ ਆ ਰਿਹਾ, ਉਮੀਦ ਹੈ ਕਿ ਤੁਹਾਨੂੰ ਸਕਰੀਨ ਦੇ ਵਿੱਚ ਨਜ਼ਰ ਆ ਰਿਹਾ ਹੋਏਗਾ, ਜਿੱਥੇ ਬਲੂ ਕਲਰ ਨਜ਼ਰ ਆ ਰਿਹਾ, ਇੱਥੇ ਸਾਰੀ ਕਾਂਗਰਸ ਹੈ। ਇਹ ਬਿਲਕੁਲ ਮੇਵਾਤ ਵਾਲਾ ਪਾਸਾ ਆ ਗਿਆ, ਇੱਥੇ ਰੋਹਤਕ ਸੋਨੀਪਤ ਦਾ ਇਲਾਕਾ ਆ ਗਿਆ, ਇਹ ਪੰਜਾਬ ਦੇ ਨਾਲ ਲੱਗਦਾ, ਇਹ ਸਾਰਾ ਪੰਜਾਬ ਹੈ। ਇੱਥੇ ਇਹ ਬਿਲਕੁਲ ਨਾਲ ਲੱਗਦਾ ਫਤਿਹਾਬਾਦ, ਜੀਂਦ, ਕੈਥਲ ਵਾਲੇ ਇਲਾਕੇ ਆ ਗਏ, ਇਹ ਸਿਰਸਾ ਵਾਲਾ ਪਾਸਾ ਬਠਿੰਡੇ ਦੇ ਨਾਲ ਲੱਗਦਾ, ਇਹ ਬਿਲਕੁਲ ਡੱਬ ਵਾਲੀ ਅਤੇ ਜਿਹੜੀਆਂ ਸੀਟਾਂ ਨੇ ਉਹਨਾਂ ਦਾ ਜ਼ਿਕਰ ਹੋ ਗਿਆ। ਉਸ ਤੋਂ ਬਾਅਦ ਇਹ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦਾ ਇਲਾਕਾ, ਮੈਂ ਵੀ ਇਸ ਕਰਕੇ ਦੱਸ ਰਿਹਾ ਤੁਹਾਨੂੰ ਸਮਝਣ 'ਚ ਆਸਾਨੀ ਹੋਏਗੀ ਕਿ ਕਿੱਥੇ ਕਿਹੜੀ ਪੋਜੀਸ਼ਨ ਦੇ ਵਿੱਚ ਇਸ ਸਮੇਂ ਕਾਂਗਰਸ ਖੜੀ ਹੈ। ਔਰ ਉਹਨਾਂ ਦੇ ਵਿੱਚ ਹੁੱਡਾ ਫੈਕਟਰ ਸਿੱਧੇ ਤੌਰ ਦੇ ਉੱਤੇ, ਸੋਨੀਪਤ, ਇਹ ਸਾਰੀਆਂ ਸੀਟਾਂ ਦੇ ਉੱਤੇ ਨਜ਼ਰ ਆਉਂਦਾ ਹੈ। ਤਾਂ ਕੁੱਲ ਮਿਲਾ ਕੇ ਇਸ ਸਮੇਂ ਜਿੱਥੇ ਜਿੱਥੇ ਤੁਹਾਨੂੰ ਨੀਲਾ ਰੰਗ ਨਜ਼ਰ ਆਏਗਾ, ਉੱਥੇ ਕਾਂਗਰਸ ਦੇ ਕੋਲ ਲੀਡ ਹੈ।
ਕਾਂਗਰਸ ਇਸ ਸਮੇਂ ਅੱਗੇ ਨਜ਼ਰ ਆ ਰਹੀ ਹੈ।